कपल नूं तां तुसीं जानदे ही होवोगे। जी हाँ, ईशान बग्गा ते सिमरन नरूला। वैल, जदों ये कपल रिलेशनशिप 'च आया तां इन्हां दे रिलेशनशिप 'च काफ़ी ज़्यादा रूमर्स भी फैले सी। लोकां ने जिथे नैगेटिव कहा उत्थे पॉजिटिव भी कहा। फिलहाल उस तो बाद खबर आती है दोनों की अंगेजमेंट की। जी हाँ, दोनों की अंगेजमेंट बहुत ही जोरों शोरों की गई। काफ़ी पैसा लाया गया इंगेजमेंट से, तो लोगों ने उस समय भी काफ़ी ज़्यादा दोनों ट्रोल किया। इस तो बाद दोनों की रिलेशनशिप काफ़ी ज़्यादा उड्डन लग गए। वैल, सिमरन नरूला का तो यही कहना सी कि अम्मी ए नहीं अम्मे मेरा मुंडा लखां विच चुनी फिरदी। इस तो बाद कहानी ने एक होर ही पासे मोड़ ले लिया। वैल, ईशान बग्गा की जिहड़ी ऑडियोज़ है काफ़ी ज़्यादा लीक होने लग गई, तो लोगों ने सिमरन नरूला के नाम तो लैके उन्होंने पूरी फैमिली नू काफ़ी ज़्यादा ट्रोल करना शुरू कर दिता। ईशान बग्गा नू भी लोगों ने खूब ट्रोल किया, जिस तो बाद ईशान बग्गा ने एक निजी इंटरव्यू में आ गल भी आखी कि लोगों का काम ही है बोलना, वो क्लिप्स किदियाँ ने किदियाँ नहीं। वैल, उन्होंने नहीं पता, तो उन्होंने आ गल भी उस विच कही सी कि सिमरन नरूला के नाल उन्होंने इंगेजमेंट तो हो चुकी है। वैल, उन्होंने यह गल फाइनल है कि उन्होंने विआह भी उस नाल ही होएगा। ਬਾਈ ਜੀ, ਹੁਣ ਵਿਆਹ ਵਾਲਾ ਸੀਜ਼ਨ ਪੂਰਾ ਜ਼ੋਰਾਂ ਤੇ ਹੈ। ਹਾਂਜੀ, ਆਪਣਾ ਕਦੋਂ ਹੋ ਰਿਹਾ? ਆਪਣਾ ਬਾਈ ਥੋੜਾ ਹੈ ਟਾਈਮ ਹਲੇ। ਹਾਂਜੀ, ਹਲੇ ਥੋੜਾ ਜਿਹਾ ਰੁਕ ਕੇ ਕਰਾਵਾਂਗੇ ਵਿਆਹ ਦਾ, ਹਲੇ ਕੋਈ ਸੀਨ ਨਹੀਂ। ਕੀ ਚੱਕਰ ਕੀ ਹੈ ਰੁਕਣਾ, ਮਤਲਬ ਕੀ ਹੈ ਬਾਈ ਰੁਕਣਾ? ਥੋੜਾ ਜਿਹਾ ਬੰਦਾ ਹੁਣ ਚਲੋ ਇੱਕ ਤਾਂ ਉਮਰ ਹੈ ਨਹੀਂ ਹਲੇ ਬਾਈ ਉਹ ਜੀ, ਹਲੇ ਫਿਰ ਬਸ ਸਹੀ ਆਪਣਾ ਇੰਗੇਜਮੈਂਟ ਕਰਾਈ ਹੋਈ ਹੈ, ਸਾਨੂੰ ਪਤਾ ਮੇਰਾ ਵਿਆਹ ਉੱਥੇ ਹੀ ਹੋਣਾ, ਠੀਕ ਹੈ ਨਾ? ਵਿਆਹ ਤਾਂ ਉੱਥੇ ਹੀ ਹੋਣਾ ਪਤਾ। ਬਸ ਇੱਕ ਬੰਦਾ ਕਹਿੰਦਾ ਯਾਰ ਕਿ ਥੋੜ੍ਹਾ ਆਪਣੇ ਪੈਰਾਂ 'ਤੇ ਹੋਰ ਥੋੜ੍ਹਾ ਵਧੀਆ ਸਟੈਂਡ ਹੋ ਜਾਈਏ ਕਿ ਆਪਾਂ ਆਪਣੇ ਸਿਰੋਂ ਸਾਰਾ ਕੁਛ ਕਰ ਸਕੀਏ, ਹੈ ਨਾ, ਕਿ ਘਰਦਿਆਂ ਨੂੰ ਨਾ ਲੋੜ ਪਵੇ ਕੁਛ ਵੀ ਟੈਨਸ਼ਨ ਲੈਣ ਦੀ, ਬੱਚਾ ਥੋੜ੍ਹਾ ਹੋਰ ਸਟੈਂਡ ਹੋ ਜਾਵੇ, ਘਰਦਿਆਂ ਦੇ ਦਿਮਾਗ 'ਚ ਇਹ ਹੋਣਾ ਚਾਹੀਦਾ। ਸੋ ਆਪਾਂ ਘਰਦਿਆਂ ਨੂੰ ਕੋਈ ਤੰਗੀ ਨਹੀਂ ਦੇਣੀ ਗੱਲ। ਹੁਣ ਇਸ ਤੋਂ ਬਾਅਦ ਖਬਰਾਂ ਆਉਂਦੀਆਂ ਨੇ ਦੋਨਾਂ ਦੇ ਬ੍ਰੇਕਅਪਸ ਦੀਆਂ। ਜੀ ਹਾਂ, ਦੋਨਾਂ ਦਾ ਬ੍ਰੇਕਅਪ ਫਿਲਹਾਲ ਹੋਇਆ ਹੈ ਕਿ ਨਹੀਂ ਇਹਦਾ ਸਾਨੂੰ ਨਹੀਂ ਪਤਾ, ਪਰ ਇਹਨਾਂ ਦੇ ਰੂਮਰਸ ਜਿਹੜੇ ਨੇ ਕਾਫੀ ਜ਼ਿਆਦਾ ਹੋ ਚੁੱਕੇ ਨੇ। ਸਿਮਰਨ ਫਿਲਹਾਲ ਇਸ ਸਮੇਂ ਕੈਨੇਡਾ ਹੈ ਤੇ ਈਸ਼ਾਨ ਬੱਗਾ ਜਿਹੜੇ ਨੇ ਉਹ ਇਸ ਸਮੇਂ ਪੰਜਾਬ ਫਗਵਾੜਾ 'ਚ ਨੇ। ਉਹਨਾਂ ਨੇ ਆਪਣੇ ਲਾਈਵ ਸੈਸ਼ਨ 'ਚ ਆ ਕੇ ਇਹ ਗੱਲ ਕੀਤੀ ਹੈ ਕਿ ਲੋਕ ਜਿਹਨਾਂ ਨੂੰ ਜ਼ਿਆਦਾ ਇੰਟਰਸਟ ਹੈ ਉਹਨਾਂ ਦੀ ਲਾਈਫ ਵਿੱਚ, ਉਹ ਇੱਕ ਵਾਰ ਫਗਵਾੜੇ ਜ਼ਰੂਰ ਆਉਣ। ਵੈਲ, ਉਹਨਾਂ ਦੀ ਇੱਕ ਵਾਰੀ ਕਲਿੱਪ ਜ਼ਰੂਰ ਦੇਖ ਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਸੋ ਸਾਰੇ ਜਣੇ ਕਾਇਮ ਹੋਵੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਲਈ ਇੱਕ ਸੋਹਣਾ ਜਿਹਾ ਮੈਸੇਜ ਆ, ਜਿਹੜੇ ਲੰਡੂ ਜਿਹੇ ਮੈਸੇਜ, ਜਿਹੜੇ ਲੰਡੂ ਜਿਹੇ ਪੇਜ ਯੂਟਿਊਬ 'ਤੇ ਆ, ਇੰਸਟਾਗ੍ਰਾਮ 'ਤੇ ਪੇਜ ਆ, ਅਤੇ ਬਾਲਾ ਤੁਹਾਨੂੰ ਇੰਟਰਸਟ ਆ ਸਾਡੀ ਜ਼ਿੰਦਗੀ ਦੇ ਵਿੱਚ, ਅਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਪੈਰ ਪਾਓ, ਸਾਡੀ ਜ਼ਿੰਦਗੀ ਹੈਗੀ ਆ ਫਗਵਾੜੇ ਦੇ ਵਿੱਚ, ਅਤੇ ਇੱਕ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਫਗਵਾੜੇ ਦੇ ਵਿੱਚ ਤੁਸੀਂ ਪੈਰ ਪਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਇੰਟਰਸਟ ਦਿਖਾਓ, ਅਤੇ ਅਸੀਂ ਵੀ ਤੁਹਾਨੂੰ ਫੁੱਲ ਇੰਟਰਸਟ ਦਿਖਾਵਾਂਗੇ। ਬਹੁਤ ਲੰਡੂ ਜਿਹੇ ਪੇਜ ਆ ਯੂਟਿਊਬ 'ਤੇ, ਇੱਕ ਕਿਹੜਾ ਆ ਫੁੱਦੂ ਜਿਹਾ ਪੇਜ ਆ, ਨਾਂ ਭੁੱਲ ਗਿਆ ਮੈਨੂੰ, ਪਤਾ ਨਹੀਂ ਕਿਹੜਾ ਟੀਂਟਸਾ, ਕਿਹੜਾ ਕੀ ਨਾਂ ਦਾ, ਸੌਖ ਟੀਂਟਸਾ, ਉਹ ਪਤਾ ਨਹੀਂ, ਕੋਈ ਗੱਲ ਨਹੀਂ। ਵਿਊ ਦੇ ਵਿਊਆਂ ਦੇ ਚੱਕਰ 'ਚ, ਵਿਊਆਂ ਦੀ ਤੁਸੀਂ ਉਹ 'ਚ ਬੜੇ ਹੋਏ ਆ, ਬੜੇ ਰਹੋ, ਕੋਈ ਚੱਕਰ ਨਹੀਂ, ਸਾਨੂੰ ਇੱਦਾਂ ਦੀ ਕੋਈ ਪਰਵਾਹ ਨਹੀਂ। ਹੁਣ ਆਪਾਂ ਵਿਹਲੇ ਹਾਂ, ਜਿਹੜੇ ਸਾਨੂੰ ਭੈਣ ਦੇਣੀ ਆ ਸਿੱਧੀ ਹੋ ਕੇ ਦੇ ਲਓ, ਆਪਾਂ ਵਿਹਲੇ ਹਾਂ ਹੁਣ। ਮੇਰਾ ਵੀਰ ਸਾਡੀ ਜ਼ਿੰਦਗੀ 'ਚ ਆਉਣਾ ਵਾ, ਫਗਵਾੜੇ 'ਚ ਪੈਰ ਪਾ ਲਓ ਮੇਰਾ ਵੀਰ। ਮੈਂ ਕਹਿੰਦਾ ਜੀ ਕੋਈ ਚੱਕਰ ਨਹੀਂ, ਜੇ ਨਹੀਂ ਫਗਵਾੜੇ 'ਚ ਵੀ ਪੈਰ ਪਾਉਣਾ, ਜਿਹੜਾ ਮੇਰਾ ਵੀਰ ਭਰਾ ਹੈਗਾ ਵਾ ਯੂਟਿਊਬ 'ਤੇ ਪੇਜਾਂ ਵਾਲਾ, ਸਾਨੂੰ ਦੱਸ ਦੇਵੇ। ਬਾਹਲੀ ਗੱਲ ਆ, ਜਿੱਥੇ ਦੇ ਵੀ ਪੇਜ ਵਾਲੇ ਹੈਗੇ ਇਹ ਆ, ਕੁਛ ਵੀ ਹੈਗੇ ਆ, ਮੇਰਾ ਵੀਰ ਮੈਨੂੰ ਇੱਕ ਵਾਰੀ ਦੱਸ ਦਿਓ ਤੁਸੀਂ, ਅਤੇ ਬਾਹਲੀ ਗੱਲਾਂ ਤਾਂ ਹੀ ਮੈਨੂੰ ਤੁਸੀਂ ਫੋਨ ਲਾ ਲਈਓ, ਜੇ ਜਿਹੜੀ ਤੁਸੀਂ ਯੂਟਿਊਬ 'ਤੇ ਵੀਡੀਓ ਪਾਉਣੀ ਆ ਮੇਰਾ ਵੀਰ, ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਓ, ਮੈਨੂੰ ਸਨੈਪਚੈਟ 'ਤੇ ਮੈਸੇਜ ਕਰ ਲਓ, ਆਪਣਾ ਤਾਂ ਨੰਬਰ ਭੇਜ ਦੂੰਗਾ ਮੈਂ ਐਨੀ ਟਾਈਮ, ਨੋ ਪ੍ਰੋਬਲਮ, ਕੋਈ ਚੱਕਰ ਨਹੀਂ, ਅਤੇ ਪਿਆਰ ਨਾਲ ਗੱਲ ਕਰਾਂਗੇ ਆਪਾਂ ਬਹੁਤ ਵਧੀਆ ਤਰੀਕੇ ਨਾਲ, ਅਤੇ ਬਾਈ ਕਰੀ ਸਿੱਧਾ ਹੋ ਕੇ ਮੈਸੇਜ ਕਰ ਲਈਓ। ਆ ਫਾਲਤੂ ਜੀਆਂ ਗੱਲਾਂ ਕਰਨ ਦੀ ਲੋੜ ਨਹੀਂ ਯੂਟਿਊਬ 'ਤੇ, ਅਤੇ ਜਿਹੜੀ ਸਾਡੀ ਜ਼ਿੰਦਗੀ ਹੈਗੀ ਆ ਸਾਨੂੰ ਪਤਾ ਅਸੀਂ ਕਿੱਦਾਂ ਜੀਣੀ ਆ, ਜਿਹਨੂੰ ਅਸੀਂ ਫੋਲੋ ਕਰਨਾ ਹੈ ਅਨਫੋਲੋ ਕਰਨਾ ਹੈ ਸਾਡੀ ਮਰਜ਼ੀ ਹੈ, ਅਤੇ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਨ ਵਾਲਾ ਕੋਈ ਹੈ ਹੀ ਨਹੀਂ, ਠੀਕ ਹੈ ਨਾ? ਇੰਟਰਸਟ ਲੈ ਰਹੇ ਆ ਤਾਂ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਰੀ ਸਾਡੇ ਜ਼ਿੰਦਗੀ 'ਚ ਪੈਰ ਪਾਓ ਫਗਵਾੜੇ ਵਿੱਚ, ਲਹਿਰ ਫਗਵਾੜਾ ਸ਼ਹਿਰ ਗੇਮ ਓਕੇ। ਵੈਲ, ਇਹ ਤਾਂ ਰਹੀ ਈਸ਼ਾਨ ਬੱਗੇ ਦੀ ਗੱਲ। ਇਸ ਗੱਲ ਦਾ ਖੁਲਾਸਾ ਹਲੇ ਸਿਮਰਨ ਨਰੂਲਾ ਨੇ ਨਹੀਂ ਕੀਤਾ, ਪਰ ਦੋਨਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਵੀ ਕਰ ਦਿੱਤਾ, ਦੋਨਾਂ ਜਾਣੇ ਇੱਕ ਦੂਜੇ ਨੂੰ ਫੋਲੋ ਨਹੀਂ ਕਰਦੇ। ਵੈਲ, ਤੁਹਾਡਾ ਕੀ ਕਹਿਣਾ ਇਸ ਜੋੜੀ ਨੂੰ ਲੈ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।